ਆਜੋ ਸਾਰੇ ਆਜੋ ਪੰਚਾਇਤ ਸਮਤੀ ਜ਼ਿਲ੍ਹਾ ਪ੍ਰੀਸ਼ਦ ਰਿਟਾਇਰਡ ਕਰਮਚਾਰੀ ਨੇ ਉਹਨਾਂ ਦੀ ਯੂਨੀਅਨ ਦਾ ਅੱਜ ਜਿਹੜਾ ਵਿਸਥਾਰ ਕੀਤਾ ਵਾ ਅਤੇ ਉਹਦੇ ਵਿੱਚ ਵੱਖ ਵੱਖ ਅਹੁਦਿਆਂ ਦੇ ਉੱਤੇ ਜਿਹੜੇ ਕਰਮਚਾਰੀਆਂ ਨੂੰ ਦਿੱਤੇ ਗਏ ਨੇ ਅਤੇ ਇਹ ਯੂਨੀਅਨ ਹੈਗੀ ਆ ਪਲੱਸ ਜਿਹੜੇ ਸੁਪਰਡੈਂਟ ਸਾਹਿਬਾਨ ਪੰਚਾਇਤ ਅਫਸਰ ਸਾਹਿਬਾਨ ਪੰਚਾਇਤ ਸਕੱਤਰ ਸਾਥੀ ਜਾਂ ਕਿਸੇ ਹੋਰ ਵੀ ਕੈਟਾਗਰੀ ਦੇ ਕੋਈ ਬੰਦੇ ਨੇ ਉਹਨਾਂ ਦੇ ਮਸਲਿਆਂ ਦੇ ਸੰਬੰਧ ਵਿੱਚ ਜਿਹੜੀ ਇੱਥੇ ਮੀਟਿੰਗਾਂ 'ਚ ਕੀਤੀ ਗਈ ਆ ਅਤੇ ਕਈਆਂ ਮੁਲਾਜ਼ਮਾਂ ਨੂੰ ਆਪਾਂ ਨੂੰ ਕੋਈ 7-8 ਮਹੀਨਿਆਂ ਤੋਂ ਪੈਨਸ਼ਨ ਨਹੀਂ ਮਿਲ ਰਹੀ ਅਤੇ ਉਹਦੇ ਸੰਬੰਧ 'ਚ ਸਾਰੇ ਇਕੱਠੇ ਹੋ ਕੇ ਏਜੰਡੇ 'ਤੇ ਆਪਾਂ ਅੱਜ ਮੀਟਿੰਗ ਕੀਤੀ ਹੈ ਅਤੇ ਅਸੀਂ ਸਾਰੀ ਮੰਗ ਕਰਦੇ ਹਾਂ ਸਰਕਾਰ ਕੋਲ ਕਿ ਪਲੀਜ਼ ਇਹ ਜਿਹੜੀ ਆ ਤੁਰੰਤ ਇਹਨਾਂ ਨੂੰ ਜਿਹੜੀ ਆ ਪੈਨਸ਼ਨ ਜਿਹੜੀ ਬਹਾਲ ਕੀਤੀ ਜਾਵੇ ਪੈਂਡਿੰਗ ਸਾਰੀ ਫਰਵਰੀ ਮਹੀਨੇ ਤੱਕ ਸਾਰਿਆਂ ਦਾ ਅਪ ਟੂ ਲੋਕ ਜਿਹੜਾ ਖਤਮ ਕੀਤਾ ਜਾਵੇ ਅਤੇ ਅੱਗੇ ਤੋਂ ਜਿਹੜੀ ਆ ਹਰ ਮਹੀਨੇ ਜਿਹੜੀ ਆ ਪੈਨਸ਼ਨ ਜਿਹੜੀ ਆ ਉਹ ਸਾਰੇ ਮੁਲਾਜ਼ਮਾਂ ਨੂੰ ਜਿਹੜੀ ਆ ਹਰ ਉਹਨਾਂ ਦੇ ਖਾਤੇ ਵਿੱਚ ਅਸੀਂ ਸਰਕਾਰ ਨੂੰ ਰਿਕੁਐਸਟ ਕਰਦੇ ਹਾਂ ਕੋਈ ਭੇਜਣ ਅਤੇ ਤਾਂ ਕਿ ਜਿਹੜਾ ਆਪਣਾ ਘਰ ਦਾ ਗੁਜ਼ਾਰਾ ਜਿਹੜਾ ਉਹ ਆਪਣੇ ਚੰਗੇ ਅਤੇ ਸੁਚੱਜੇ ਢੰਗ ਨਾਲ ਕਰ ਸਕਣ। ਉਹ ਇਸ ਸੰਬੰਧ 'ਚ ਅਸੀਂ ਇੱਕ ਹੋਰ ਏਜੰਡਾ ਵਿੱਚ ਪਾਇਆ ਵਾ ਵੀ ਜੇ ਸਰਕਾਰ ਨੇ ਸਾਡੀਆਂ ਮੰਗਾਂ ਨਾ ਮੰਨੀਆਂ ਜਾਂ ਪੈਨਸ਼ਨਾਂ ਜਿਹੜੀਆਂ ਖਾਤਿਆਂ ਵਿੱਚ ਨਾ ਪਾਈਆਂ ਤਾਂ ਅਸੀਂ ਜਿਹੜਾ ਮਾਨਯੋਗ ਹਾਈਕੋਰਟ ਦਾ ਜਿਹੜਾ ਦਰਵਾਜ਼ਾ ਖੜਕਾਉਣ ਲਈ ਮਜਬੂਰ ਹੋਵਾਂਗੇ। 80 ਸਾਲਾਂ ਦਾ 65 ਸਾਲ ਦਾ ਵਾ, ਹਰ ਬੰਦਾ ਦਵਾਈ ਖਾਣ ਡਿਆ ਵਾ। ਚਲੋ ਆਪਣਾ ਕਰਿਆਨੇ ਵਾਲੇ ਉਧਾਰ ਦੇ ਦਿੰਦਾ, ਕੋਈ ਹੋਰ ਦੇ ਦਿੰਦਾ, ਪਰ ਮੈਡੀਕਲ ਸਟੋਰ ਵਾਲਾ ਕੋਈ ਉਧਾਰ ਨਹੀਂ ਦਿੰਦਾ। ਅਸੀਂ ਤਾਂ ਦਵਾਈਆਂ 'ਤੇ ਜੀਣ ਡਏ ਹਾਂ। ਅਸੀਂ ਨਾ ਸਰਕਾਰ ਨੂੰ ਕਿਰਪਾ ਕਰਕੇ ਸਾਡੀਆਂ ਪੈਨਸ਼ਨਾਂ ਦੇਣ ਜਾਂ ਸਾਡੀਆਂ ਦਵਾਈਆਂ ਚੱਲਦੀਆਂ ਰਹਿਣ ਸਾਡੀ।